ਪਾਠ ਦੂਸਰਾ, ਤਿੰਨ ਮੂਰਤੀਆਂ। ਉਦੇਸ਼: ਸਾਨੂੰ ਅਜਿਹਾ ਮਿੱਤਰ ਬਣਾਉਣਾ ਚਾਹੀਦਾ ਹੈ ਜੋ ਕੋਈ ਵੀ ਗੱਲ ਸੁਣ ਕੇ ਉਸ ਤੇ ਵਿਚਾਰ ਕਰਦਾ ਹੈ। ਅਜਿਹਾ ਮਿੱਤਰ ਹਰ ਮੁਸੀਬਤ ਵਿੱਚ ਸਾਥ ਦੇਵੇਗਾ। ਵਿਜੇਨਗਰ ਦੇ ਰਾਜਾ ਕਿਸ਼ਨ ਦੇਵ ਰਾਏ ਕਲਾਕਾਰਾਂ ਦੇ ਬਹੁਤ ਵੱਡੇ ਕਦਰਦਾਨ ਸਨ। ਉਹਨਾਂ ਦੇ ਦਰਬਾਰ ਵਿੱਚ ਹਰ ਕਲਾਕਾਰ ਦਾ ਮਾਣ ਸਨਮਾਨ ਹੁੰਦਾ ਸੀ। ਇੱਕ ਵਾਰ ਰਾਜਾ ਕਿਸ਼ਨ ਦੇਵ ਦੇ ਦਰਬਾਰ ਵਿੱਚ ਇੱਕ ਮੂਰਤੀਕਾਰ ਆਇਆ। ਉਸਨੇ ਮਹਾਰਾਜ ਦੇ ਦਰਬਾਰ ਵਿੱਚ ਤਿੰਨ ਮੂਰਤੀਆਂ ਰੱਖੀਆਂ ਜਿਹੜੀਆਂ ਬਿਲਕੁਲ ਇੱਕੋ ਜਿਹੀਆਂ ਸਨ। ਉਸਨੇ ਮਹਾਰਾਜ ਨੂੰ ਸਲਾਮ ਕਰਦੇ ਹੋਏ ਕਿਹਾ, ਮਹਾਰਾਜ, ਤੁਹਾਨੂੰ ਇਹਨਾਂ ਮੂਰਤੀਆਂ ਵਿੱਚੋਂ ਜਿਹੜੀ ਸਭ ਤੋਂ ਵੱਧ ਉੱਤਮ ਲੱਗੀ, ਤੁਸੀਂ ਮੇਰੇ ਵੱਲੋਂ ਭੇਟ ਸਮਝ ਕੇ ਰੱਖਣ ਦੀ ਕਿਰਪਾਲਤਾ ਕਰੋ। ਮਹਾਰਾਜ ਸੋਚ ਵਿੱਚ ਪੈ ਗਏ ਕਿ ਇੱਕੋ ਜਿਹੀਆਂ ਨਜ਼ਰ ਆਉਣ ਵਾਲੀਆਂ ਇਹਨਾਂ ਮੂਰਤੀਆਂ ਵਿੱਚੋਂ ਸਭ ਤੋਂ ਉੱਤਮ ਕਿਸ ਨੂੰ ਕਹੇ, ਜ਼ਰੂਰ ਇਸ ਗੱਲ ਵਿੱਚ ਕੋਈ ਭੇਤ ਹੈ। ਫੇਰ ਸੂਝਵਾਨ ਰਾਜਾ ਕਿਸ਼ਨ ਦੇਵ ਰਾਏ ਸਮਝ ਗਏ ਕਿ ਇਹ ਮੂਰਤੀਕਾਰ ਤੇ ਨਾਲੀ ਰਾਮ ਦੀ ਬੁੱਧੀਮਤਾ ਦੀ ਪਰਖ ਕਰਨਾ ਚਾਹੁੰਦਾ ਹੈ। ਮਹਾਰਾਜ ਕਿਸ਼ਨ ਦੇਵ ਨੇ ਮੁਸਕੁਰਾ ਕੇ ਤੇਨਾਲੀ ਰਾਮ ਵੱਲ ਦੇਖਦੇ ਹੋਏ ਕਿਹਾ, ਤੇਨਾਲੀ ਰਾਮ, ਨਿਰੀਖਣ ਕਰਕੇ ਦੱਸੋ ਮੈਂ ਕਿਹੜੀ ਮੂਰਤੀ ਦੀ ਚੋਣ ਕਰਾਂ। ਤੇਨਾਲੀ ਰਾਮ ਮਹਾਰਾਜ ਦੀ ਆਗਿਆ ਦਾ ਪਾਲਨ ਕਰਦੇ ਹੋਏ ਬੜੇ ਧਿਆਨ ਨਾਲ ਉਹਨਾਂ ਮੂਰਤੀਆਂ ਦਾ ਨਿਰੀਖਣ ਕਰਨ ਲੱਗੇ। ਉਸਨੇ ਹਰ ਮੂਰਤੀ ਦੇ ਖੱਬੇ ਕੰਨ ਵਿੱਚ ਸੁਰਾਖ ਵੇਖਿਆ। ਉਹਨਾਂ ਨੇ ਪਹਿਰੇਦਾਰ ਨੂੰ ਕਹਿ ਕੇ ਇੱਕ ਪਤਲੀ ਲੋਹੇ ਦੀ ਤਾਰ ਮੰਗਵਾਈ। ਤੇਨਾਲੀ ਰਾਮ ਨੇ ਪਹਿਲੀ ਮੂਰਤੀ ਦੇ ਕੰਨ ਵਿੱਚ ਤਾਰ ਪਾਈ ਤਾਂ ਉਹ ਦੂਸਰੇ ਕੰਨ ਵਿੱਚੋਂ ਨਿਕਲ ਗਈ। ਜਦੋਂ ਉਹਨਾਂ ਨੇ ਦੂਸਰੀ ਮੂਰਤੀ ਦੇ ਕੰਨ ਵਿੱਚ ਤਾਰ ਪਾਈ ਤਾਂ ਉਹ ਮੂੰਹ ਵਿੱਚੋਂ ਨਿਕਲ ਆਈ। ਫੇਰ ਉਸਨੇ ਬੜੀ ਉਤਸੁਕਤਾ ਨਾਲ ਤੀਸਰੀ ਮੂਰਤੀ ਦੇ ਕੰਨ ਵਿੱਚ ਤਾਰ ਪਾਈ ਤਾਂ ਉਹ ਕਿਸੇ ਪਾਸੇ ਨਾ ਨਿਕਲੀ, ਸਗੋਂ ਅੰਦਰ ਹੀ ਰਹਿ ਗਈ। ਤੇਨਾਲੀ ਰਾਮ ਜੀ ਮੁਸਕੁਰਾ ਕੇ ਬੋਲੇ, ਮਹਾਰਾਜ, ਜਿੱਥੇ ਇਹ ਮੂਰਤੀਕਾਰ ਸੁੰਦਰ ਮੂਰਤੀਆਂ ਬਣਾਉਣ ਵਿੱਚ ਮਾਹਰ ਹਨ, ਉੱਥੇ ਇਹਨਾਂ ਦੀ ਬੁੱਧੀਮਤਾ ਦਾ ਵੀ ਜਵਾਬ ਨਹੀਂ। ਇਹਨਾਂ ਦੀਆਂ ਮੂਰਤੀਆਂ ਵਿੱਚ ਇੱਕ ਗਹਿਰਾ ਸੰਦੇਸ਼ ਛੁਪਿਆ ਹੋਇਆ ਹੈ। ਇਹਨਾਂ ਤਿੰਨੋਂ ਮੂਰਤੀਆਂ ਨੂੰ ਵੇਖਣ ਵਿੱਚ 19-21 ਦਾ ਵੀ ਫਰਕ ਨਹੀਂ, ਪਰ ਤਿੰਨੋਂ ਵੱਖ ਵੱਖ ਸੁਭਾਅ ਵਾਲੇ ਵਿਅਕਤੀਆਂ ਦੀ ਸੂਚਕ ਹਨ। ਪਹਿਲੀ ਮੂਰਤੀ ਦੇ ਕੰਨ ਵਿੱਚ ਪਾਈ ਤਾਰ ਦੂਸਰੇ ਕੰਨ ਵਿੱਚੋਂ ਨਿਕਲ ਗਈ। ਇਹ ਅਜਿਹੇ ਵਿਅਕਤੀ ਬਾਰੇ ਦੱਸਦੀ ਹੈ ਜੋ ਤੁਹਾਡੀ ਗੱਲ ਸੁਣ ਕੇ ਦੂਸਰੇ ਕੰਨ ਤੋਂ ਕੱਢ ਦੇਣਗੇ, ਭਾਵ ਅਜਿਹਾ ਦੋਸਤ ਤੁਹਾਡੀ ਗੱਲ ਸੁਣੇਗਾ ਪਰ ਪਰਵਾਹ ਨਹੀਂ ਕਰੇਗਾ। ਅਜਿਹਾ ਵਿਅਕਤੀ ਕਦੇ ਵੀ ਜ਼ਿੰਦਗੀ ਭਰ ਸਾਥ ਨਿਭਾਉਣ ਵਾਲਾ ਸੱਚਾ ਮਿੱਤਰ ਨਹੀਂ ਬਣ ਸਕਦਾ। ਦੂਸਰੀ ਮੂਰਤੀ ਦੇ ਕੰਨ ਵਿੱਚ ਪਾਈ ਤਾਰ ਮੂੰਹ ਵਿੱਚੋਂ ਨਿਕਲ ਗਈ, ਜੋ ਅਜਿਹੇ ਵਿਅਕਤੀ ਦਾ ਸੂਚਕ ਹੈ ਜੋ ਕਿਸੇ ਦੀ ਗੱਲ ਨੂੰ ਰਾਜ਼ ਨਹੀਂ ਰੱਖ ਸਕਦਾ। ਜੇਕਰ ਅਜਿਹੇ ਮਿੱਤਰ ਨੂੰ ਆਪਣੇ ਬਾਰੇ ਕੁਝ ਦੱਸੋਗੇ ਤਾਂ ਉਹ ਤੁਹਾਡੀ ਗੱਲ ਧਿਆਨ ਨਾਲ ਸੁਣੇਗਾ, ਪਰ ਜਲਦੀ ਹੀ ਤੁਹਾਡੇ ਰਾਜ਼ ਦੂਸਰਿਆਂ ਤੱਕ ਪਹੁੰਚ ਜਾਣਗੇ। ਅਜਿਹੇ ਮਿੱਤਰ ਬੜੇ ਖਤਰਨਾਕ ਹੋ ਸਕਦੇ ਹਨ। ਅਜਿਹੇ ਮਿੱਤਰ ਤੁਹਾਨੂੰ ਪਿਆਰ ਜ਼ਰੂਰ ਕਰਦੇ ਹਨ ਪਰ ਤੁਸੀਂ ਉਹਨਾਂ ਤੇ ਵਿਸ਼ਵਾਸ ਨਹੀਂ ਕਰ ਸਕਦੇ। ਤੀਸਰੀ ਮੂਰਤੀ ਦੇ ਕੰਨ ਵਿੱਚ ਪਾਈ ਤਾਰ ਉਸ ਦੇ ਅੰਦਰ ਹੀ ਰਹਿ ਗਈ। ਅਜਿਹੇ ਵਿਅਕਤੀ ਦੇ ਸੁਭਾਅ ਤੇ ਚਾਨਣਾ ਪਾਉਂਦੀ ਹੈ ਜੋ ਹਰ ਗੱਲ ਨੂੰ ਧਿਆਨ ਨਾਲ ਸੁਣਦਾ ਹੈ, ਉਸ ਤੇ ਵਿਚਾਰ ਕਰਦਾ ਹੈ। ਅਜਿਹੇ ਸੁਭਾਅ ਦਾ ਮਿੱਤਰ ਸਦਾ ਦੁੱਖ ਵਿੱਚ ਤੁਹਾਡਾ ਸਾਥੀ ਰਹੇਗਾ ਪਰ ਕਿਸੇ ਨੂੰ ਇਸ ਬਾਰੇ ਨਹੀਂ ਦੱਸੇਗਾ। ਅਜਿਹੇ ਮਿੱਤਰ ਇੱਕ ਵਡਮੁੱਲੀ ਦਾਤ ਦੀ ਤਰ੍ਹਾਂ ਹੁੰਦੇ ਹਨ, ਇਹਨਾਂ ਨੂੰ ਕਿਸੇ ਵੀ ਕੀਮਤ ਤੇ ਆਪਣੇ ਤੋਂ ਅਲੱਗ ਨਾ ਹੋਣ ਦਿਓ। ਮਹਾਰਾਜ ਨੇ ਮੂਰਤੀਕਾਰ ਤੋਂ ਤੀਸਰੀ ਮੂਰਤੀ ਉਪਹਾਰ ਵਜੋਂ ਲੈ ਲਈ। ਉਹਨਾਂ ਨੇ ਮੂਰਤੀਕਾਰ ਨੂੰ ਬਹੁਤ ਸਾਰੇ ਉਪਹਾਰ ਦਿੱਤੇ ਅਤੇ ਉਸ ਦੀ ਸੂਝ ਦੀ ਬਹੁਤ ਪ੍ਰਸੰਸਾ ਕੀਤੀ।
ਪਿਆਰੇ ਬੱਚਿਓ, ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਅਸੀਂ ਇੱਕ ਦੂਜੇ ਤੇ ਨਿਰਭਰ ਹਾਂ। ਹਰ ਬੱਚਾ ਦੋਸਤ ਬਣਾਉਂਦਾ ਹੈ, ਪਰ ਸਦਾ ਅਜਿਹੇ ਸੱਚੇ ਦੋਸਤ ਦੀ ਭਾਲ ਕਰੋ ਜੋ ਸਦਾ ਤੁਹਾਡਾ ਸਾਥ ਦੇਵੇ। ਦੂਜੇ ਪਾਸੇ ਆਪ ਵੀ ਅਜਿਹੇ ਸੱਚੇ ਦੋਸਤ ਬਣਨ ਦੀ ਕੋਸ਼ਿਸ਼ ਕਰੋ। ਕਦੇ ਵੀ ਗੁੱਸੇ ਵਿੱਚ ਆ ਕੇ ਆਪਣੇ ਮਿੱਤਰ ਨੂੰ ਬੋਲ ਕਬੋਲ ਨਾ ਬੋਲੋ, ਅਤੇ ਨਾ ਹੀ ਕਿਸੇ ਕੋਲ ਉਸਦੀ ਕੋਈ ਗੱਲ ਕਰੋ, ਨਾ ਬੁਰਾਈ। ਸੱਚਾ ਦੋਸਤ ਜ਼ਿੰਦਗੀ ਭਰ ਸਾਥ ਨਿਭਾਉਂਦਾ ਹੈ। ਕੀ ਸਿੱਖਿਆ? ਚੰਗੇ ਦੋਸਤ ਲਈ ਸੂਰਤ ਨਾਲੋਂ ਸੀਰਤ ਨੂੰ ਜ਼ਿਆਦਾ ਅਹਿਮੀਅਤ ਦੇਣੀ ਚਾਹੀਦੀ ਹੈ।